ਸੁਨਾਰੀਆ ਜੇਲ੍ਹ 'ਚ ਬੰਦ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਦੀਆਂ ਮੁਸ਼ਕਲਾਂ ਅੱਜ ਇੱਕ ਵਾਰ ਫਿਰ ਵੱਧ ਸਕਦੀਆਂ ਹਨ। CBI ਦੀ ਜਿਹੜੀ ਪੰਚਕੂਲਾ ਸਥਿਤ ਵਿਸ਼ੇਸ਼ ਅਦਾਲਤ ਹੈ ਉਸਦੇ ਦੁਆਰਾ ਅੱਜ ਪੱਤਰਕਾਰ ਰਾਮ ਚੰਦਰ ਛੱਤਰਪਤੀ ਹੱਤਿਆ ਮਾਮਲੇ ਵਿੱਚ ਫੈਸਲਾ ਸੁਣਾਇਆ ਜਾਣਾ ਹੈ। ਰਾਮ ਚੰਦਰ ਛੱਤਰਪਤੀ ਦੀ ਵਰਸ਼ 2002 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀਗੀ। ਇਹ ਰਾਮ ਚੰਦਰ ਛੱਤਰਪਤੀ ਇੱਕ ਆਪਣਾ ਅਖਬਾਰ ਕੱਢਦੇ ਸੀਗੇ ਜਿਸ ਅਖਬਾਰ ਵਿੱਚ ਉਹਨਾਂ ਨੇ ਡੇਰਾ ਸੱਚਾ ਸੌਦਾ ਪ੍ਰਮੁੱਖ ਦੇ ਖਿਲਾਫ਼ ਕੁਛ ਖਬਰਾਂ ਲਗਾਈਆਂ ਸੀ ਜਿਸ ਦੇ ਮੱਦੇਨਜ਼ਰ ਉਹਨਾਂ ਦੀ ਹੱਤਿਆ ਉਸ ਸਮੇਂ ਕਰਵਾਈ ਗਈ ਸੀ। ਇਸ ਮਾਮਲੇ 'ਚ ਜਿਹੜੇ 3 ਮੁੱਖ ਆਰੋਪੀ ਹੈ ਉਹ ਕ੍ਰਿਸ਼ਨ ਲਾਲ ਹੈ ਜੋ ਕਿ ਡੇਰਾ ਦਾ ਪ੍ਰਬੰਧਕ ਸੀਗਾ ਉਸ ਸਮੇਂ ਦਾ, ਅਤੇ ਨਿਰਮਲ ਜਿਹੜਾ ਹੈਗਾ ਉਹ ਜਿਹੜਾ ਨਿਰਮਲ ਔਰ ਕੁਲਦੀਪ ਇਹਨਾਂ ਨੇ ਗੋਲੀ ਚਲਾਈ, ਕੁਲਦੀਪ ਨੇ ਗੋਲੀ ਚਲਾਈ ਸੀ, ਜਿਹੜਾ ਨਿਰਮਲ ਸੀਗਾ ਉਹ ਉਸਦੇ ਨਾਲ ਸੀਗਾ, ਅਤੇ ਇਹ 3 ਬੰਦੇ ਤਾਂ ਇਸ ਮਾਮਲੇ 'ਚ ਮੇਨ ਆਰੋਪੀ ਆ। ਜਦਕਿ ਇਸ ਮਾਮਲੇ 'ਚ ਜਿਹੜਾ ਮੇਨ ਗਵਾਹ ਹੈ ਉਹ ਖੱਟਾ ਸਿੰਘ ਹੈ। ਖੱਟਾ ਸਿੰਘ ਉਹ ਵਿਅਕਤੀ ਹੈ ਜੋ ਕਿ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਦਾ ਡਰਾਈਵਰ ਹੈ। ਖੱਟਾ ਸਿੰਘ ਦੀ ਗਵਾਹੀ 'ਤੇ ਹੀ ਇਹਨਾਂ ਨੂੰ ਅੱਜ ਇਸ ਮਾਮਲੇ 'ਚ ਮੇਨ ਜਿਹੜਾ ਫੈਸਲਾ ਸੁਣਾਇਆ ਜਾਣਾ। ਖੱਟਾ ਸਿੰਘ ਦੀ ਜਿਹੜੀ ਗਵਾਹੀ ਹੈ ਉਹ ਵੀ ਉਹਨਾਂ ਦੇ ਸਾਹਮਣੇ ਹੀ ਜਿਹੜੇ ਡੇਰਾ ਸੱਚਾ ਸੌਦਾ ਪ੍ਰਮੁੱਖ ਹੈ ਉਹਨਾਂ ਨੇ ਕਿਹਾ ਸੀਗਾ ਕਿ ਰਾਮ ਚੰਦਰ ਛੱਤਰਪਤੀ ਦਾ ਮਰਡਰ ਕਰ ਦਿੱਤਾ ਜਾਵੇ। ਉਸਦੇ ਉਹਨਾਂ ਦੇ ਆਦੇਸ਼ 'ਤੇ ਹੀ ਇਹ 3 ਵਿਅਕਤੀਆਂ ਨੇ ਪਲੈਨਿੰਗ ਕਰਕੇ ਹੀ ਰਾਮ ਚੰਦਰ ਛੱਤਰਪਤੀ ਦਾ ਮਰਡਰ ਕੀਤਾ ਸੀਗਾ। ਇਸ ਮੱਦੇਨਜ਼ਰ ਜਿਹੜੀ ਹੈ ਅੱਜ ਕੋਰਟ ਦਾ ਕਿਉਂਕਿ ਫੈਸਲਾ ਆਉਣਾ ਅਤੇ ਇੱਥੇ ਬੜੀ ਸੰਖਿਆ 'ਚ ਡੇਰਾ ਪ੍ਰੇਮੀ ਇਕੱਠੇ ਹੋ ਸਕਦੇ ਨੇ, ਉਹਨੂੰ ਦੇਖਦੇ ਹੋਏ ਸੁਰੱਖਿਆ ਪ੍ਰਬੰਧ ਕੜੇ ਕੀਤੇ ਗਏ ਨੇ। ਕੋਰਟ ਦੇ ਆਸ ਪਾਸ ਬੜੀ ਸੰਖਿਆ 'ਚ ਸੁਰੱਖਿਆ ਬਲ ਤੈਨਾਤ ਹੈ। ਅਰਧ ਸੈਨਿਕ ਬਲਾਂ ਦੀਆਂ 4 ਕੰਪਨੀਆਂ ਇੱਥੇ ਤੈਨਾਤ ਕੀਤੀਆਂ ਗਈਆਂ ਹੈ। ਇੰਨੇ ਹੀ ਨਹੀਂ ਪੰਚਕੂਲਾ 'ਚ ਵੀ ਜਿੰਨੇ ਵੀ ਪ੍ਰਵੇਸ਼ ਮਾਰਗ ਹੈ ਸਾਰਿਆਂ ਦੇ ਉੱਤੇ ਭਾਰੀ ਸੰਖਿਆ 'ਚ ਪੁਲਿਸ ਵੱਲ ਤੈਨਾਤ ਹੈ ਔਰ ਜਿਹੜੇ ਲੋਕੀ ਹੈ ਜਾਂ ਵਾਹਨ ਆ ਜਾ ਰਹੇ ਨੇ ਉਹਨਾਂ ਨੂੰ ਜਾਂਚ ਕਰਨ ਤੋਂ ਬਾਅਦ ਹੀ ਆਉਣ ਦਿੱਤਾ ਜਾ ਰਿਹਾ, ਤਾਂ ਕਿ ਪਿਛਲੀ ਵਾਰ ਦੀ ਤਰ੍ਹਾਂ ਜਿੱਦਾਂ ਪਿਛਲੀ ਵਾਰੀ ਜਦੋਂ ਸਾਧਵੀਆਂ ਦੇ ਯੌਨ ਸ਼ੋਸ਼ਣ ਮਾਮਲੇ 'ਚ ਡੇਰਾ ਸੱਚਾ ਸੌਦਾ ਪ੍ਰਮੁੱਖ ਦੇ ਖਿਲਾਫ਼ ਫੈਸਲਾ ਆਇਆ ਸੀਗਾ ਉਸ ਸਮੇਂ ਇੱਥੇ ਪੰਚਕੂਲਾ ਦੇ ਹਾਲਾਤ ਬੜੇ ਖਰਾਬ ਹੋ ਗਏ ਸੀਗੇ, ਬੜੇ ਖਤਰਨਾਕ ਹੋ ਗਏ ਸੀਗੇ। ਜਿਹੜੇ ਡੇਰਾ ਪ੍ਰੇਮੀ ਹੈ ਉਹਨਾਂ ਨੇ ਕਈ ਜਗ੍ਹਾ ਮਤਲਬ ਕਿ ਆਗਜਨੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਿਸ ਕਰਕੇ ਉਸ ਮਾਮਲੇ 'ਚ ਲਗਭਗ 20 ਵਿਅਕਤੀਆਂ ਦੀ ਮੌਤ ਵੀ ਹੋਈ ਸੀਗੀ। ਉਹ ਜਿਹੜੀ ਘਟਨਾ ਉਹ ਦੁਬਾਰਾ ਨਾ ਵਾਪਰੇ ਇਸ ਕਰਕੇ ਇੱਥੇ ਬੜੀ ਸੰਖਿਆ ਵਿੱਚ ਸੁਰੱਖਿਆ ਕਰਮੀ ਜਿਹੜੇ ਆ ਤੈਨਾਤ ਕੀਤੇ ਗਏ ਆ ਔਰ ਡੇਰਾ ਪ੍ਰੇਮੀਆਂ ਨੂੰ ਇੱਥੇ ਇਕੱਠਾ ਨਹੀਂ ਹੋਣ ਦਿੱਤਾ ਜਾ ਰਿਹਾ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਦੈਨਿਕ ਸਵੇਰਾ TV ਲਈ ਪੰਚਕੂਲਾ CBI ਕੋਰਟ ਤੋਂ ਬਾਹਰ ਤੋਂ।